ਸਤਿ ਸ਼੍ਰੀ ਅਕਾਲ, ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅੰਜਲੀ ਯਾਦਵ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇਸ ਵਕਤ ਦੇ ਕੁਝ ਖਾਸ ਖਬਰਾਂ ਦੇ ਨਾਲ। ਆਪ ਦੀ ਸਰਕਾਰ, ਆਪ ਦੇ ਦੁਆਰ ਮੁਹਿੰਮ ਦੇ ਤਹਿਤ ਬਰਨਾਲਾ ਦੇ ਹਰ ਸ਼ਹਿਰ ਅਤੇ ਪਿੰਡ ਦੇ ਵਿੱਚ ਲਗਾਤਾਰ ਜਨਤਕ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਵੱਖ ਵੱਖ ਥਾਵਾਂ ਤੇ ਲਗਾਏ ਜਾ ਰਹੇ ਨੇ ਇਹਨਾਂ ਸੁਵਿਧਾਵਾਂ ਜਿਹੜੇ ਨੇ ਇਹਨਾਂ ਸੁਵਿਧਾ ਕੈਂਪਾਂ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਅਰ ਵੀ ਲੋਕਾਂ ਦੀ ਸਮੱਸਿਆਵਾਂ ਸੁਣਨ ਦੇ ਲਈ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਵਾਇਆ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਬਹੁਤ ਹੀ ਮਹੱਤਵਪੂਰਨ ਉਪਰਾਲਾ ਹੈ ਜਿਸ ਦਾ ਲੋਕ ਲਗਾਤਾਰ ਲਾਭ ਉਠਾ ਰਹੇ ਹਨ ਤੇ ਖੱਜਲ ਖੁਆਰੀ ਤੋਂ ਬਿਨਾਂ ਆਪਣੇ ਕੰਮ ਕਰਵਾ ਪਾ ਰਹੇ ਨੇ। ਇਸ ਮੌਕੇ ਤੇ ਕੈਂਪ ਦਾ ਲਾਭ ਲੈਣ ਪਹੁੰਚੇ ਲੋਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਤੇ ਜੋ ਕੰਮ ਦਫ਼ਤਰਾਂ ਦੇ ਵਿੱਚ ਸਾਲਾਂ ਤੋਂ ਨਹੀਂ ਹੋ ਰਿਹਾ ਸੀ ਉਹ ਹੁਣ ਹੋ ਰਿਹਾ ਹੈ। ਲੋਕਾਂ ਦੇ ਵੱਲੋਂ ਕਿਹਾ ਗਿਆ ਹੁਣ ਮਿੰਟਾਂ ਦੇ ਵਿੱਚ ਇਹ ਕੈਂਪਾਂ ਦੇ ਵਿੱਚ ਸਾਰੇ ਕੰਮ ਹੋ ਰਹੇ ਨੇ। ਬਰਨਾਲਾ ਦੇ ਵਿਖੇ ਕੈਂਪ ਲਗਾਇਆ ਗਿਆ ਹੈ, ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਜਿਹੜੀਆਂ ਹੈ ਉਸ ਦਾ ਲਾਭ ਮਿਲ ਰਿਹਾ ਹੈ। ਕੈਬਨਿਟ ਮੰਤਰੀ ਮੀਥੇਅਰ ਵੀ ਕੈਂਪ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਿਆ। ਇਸ ਦੇ ਨਾਲ ਹੀ ਲੋਕਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਕਿ ਜੋ ਕੰਮ ਸਾਲੋਂ ਤੋਂ ਦਫ਼ਤਰਾਂ ਦੇ ਵਿੱਚ ਨਹੀਂ ਹੋ ਰਿਹਾ ਸੀ ਹੁਣ ਉਹ ਮਿੰਟਾਂ ਦੇ ਵਿੱਚ ਹੋ ਰਿਹਾ ਹੈ। ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਦੇ ਰਾਹੀਂ ਹਰ ਪਿੰਡ 'ਚ ਜਾ ਕੇ ਹਰ ਸ਼ਹਿਰ ਦੇ ਗਲੀ ਮੁਹੱਲੇ ਜਾ ਕੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਜਾ ਰਹੀਆਂ ਨੇ। ਇਹਦੇ 'ਚ ਸਾਰੇ ਜਿਹੜੇ ਵੱਖ ਵੱਖ ਡਿਪਾਰਟਮੈਂਟ ਨੇ ਉਹਦੇ ਟੋਟਲ 43 ਜਿਹੜੀਆਂ ਸਰਵਿਸਿਸ ਹੈ ਉਹਦੇ ਮਤਲਬ ਕਿ ਲੋਕਾਂ ਦੀ ਮਦਦ ਕਰਨ ਦੇ ਲਈ ਇੱਥੇ ਬੈਠੇ ਆ। ਕੋਈ ਇੱਥੇ ਜਾਤੀ ਸਰਟੀਫਿਕੇਟ ਲਾਇਆ ਹੋਇਆ, ਮੈਂ ਕਈ ਲੋਕਾਂ ਨੂੰ ਮਿਲਿਆ। ਕੋਈ ਆਪਣਾ ਕਿਸੇ ਦਾ ਬਰਥ ਸਰਟੀਫਿਕੇਟ ਦਾ ਜਿਹੜੇ ਲਾਏ ਹੋਏ ਆ, ਕਈਆਂ ਦੇ ਜਿਹੜੇ ਰਾਸ਼ਨ ਕਾਰਡ ਦੇ ਕਿਸੇ ਦਾ ਕੋਈ ਮਸਲਾ ਹੈਗਾ। ਸੋ ਸਾਰੇ ਮਹਿਕਮਿਆਂ ਦੇ ਜਿਹੜੇ ਅਫਸਰ ਨੇ ਉਹ ਬੈਠ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਤੇ ਮੌਕੇ ਤੇ ਜਿਹੜੇ ਉਹਨਾਂ ਸਮੱਸਿਆਵਾਂ ਜਿਹੜੇ ਹੱਲ ਨੇ ਕੀਤੇ ਜਾ ਰਹੇ ਆ। ਸੋ ਇਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਲੋਕਾਂ ਦੀ ਖੱਜਲ ਖੁਆਰੀ ਦਫ਼ਤਰਾਂ ਤੋਂ ਜਾਂਦੇ ਆ ਉਹ ਵੀ ਜਿਹੜੀ ਘਟੂਗੀ, ਲੋਕਾਂ ਨੂੰ ਰਾਹਤ ਮਿਲੂਗੀ ਤੇ ਲੋਕਾਂ ਜਿਹੜਾ ਸਮਾਂ ਉਹ ਵੀ ਜਿਹੜਾ ਬਚੂਗਾ। ਸੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲ ਰਹੀ ਆ, ਬਰਨਾਲੇ 'ਚ ਵੀ, ਪੂਰੇ ਹਲਕੇ 'ਚ ਇੱਕ ਮਹੀਨਾ ਸਾਰੇ ਪਿੰਡਾਂ 'ਚ, ਸਾਰੇ ਸ਼ਹਿਰ ਦੇ ਵਾਰਡਾਂ 'ਚ ਜਾ ਕੇ ਜਿਹੜੀ ਇਹ ਮੁਹਿੰਮ ਚੱਲਣੀ ਹੈ। ਸਾਰੇ ਮਹਿਕਮੇ ਦੇ ਅਫਸਰ ਜਾਣਗੇ, ਇਸ ਤਰ੍ਹਾਂ ਜਿਹੜਾ ਕੈਂਪ ਲਗਾ ਕੇ ਟੇਬਲ ਲਗਾ ਕੇ ਬੈਠਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਹਾਂਜੀ ਹਾਂਜੀ, ਜਿਹੜੀ ਸਾਡਾ ਪਹਿਲੀ ਵਾਰ ਕੰਮ ਹੋਇਆ ਜੀ, 20-25 ਸਾਲਾਂ 'ਚ ਸਾਡਾ ਪਹਿਲੀ ਵਾਰ ਕੰਮ ਹੋਇਆ ਗਾ, ਕਿਉਂਕਿ ਜਿਹੜੀ ਪਿਛਲੇ ਸਾਡੇ ਸਰਕਾਰਾਂ ਸੀ ਕਦੇ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਸੀਗਾ। ਪਹਿਲੀ ਵਾਰ ਕਿਸੇ ਨੇ ਸਾਨੂੰ ਬੁਲਾ ਕੇ ਸਾਡਾ ਕਾਰਡ ਬਣਾਇਆ ਬਿਨਾਂ ਪੈਸਿਆਂ ਤੋਂ, ਤੇ ਵਧੀਆ, ਬਹੁਤ ਵਧੀਆ ਨਾ। ਮੈਂ ਲੇਬਰ ਕਾਰਡ ਬਣਾਉਣਾ ਆਇਆ ਸੀਗਾ ਆਪਦਾ ਜੀ, ਤੇ ਮੇਰਾ ਲੇਬਰ ਕਾਰਡ ਇਹਨਾਂ ਨੇ ਪੂਰੀ ਅਟਰਾ ਸੀ, MCS NB ਹੋ ਗਈ, ਨਾਲ ਸਾਰੇ ਕੰਮ ਇੱਥੇ ਹੀ ਹੋ ਗਏ ਕਹਿਣ ਦਾ ਮਤਲਬ ਮੇਰੇ ਜੀ। ਤੇ ਹੋਰ ਕਾਫੀ ਕੰਮ ਹੋ ਰਹੇ ਨੇ, ਮੈਨੂੰ ਵਧੀਆ ਲੱਗਿਆ ਜਿਹੜੇ ਇਹਨਾਂ ਨੇ ਕੰਮ ਕਾਰ, 4-5 ਕੰਮ ਹੋ ਰਹੇ ਨੇ, ਬਹੁਤ ਵਧੀਆ ਹੋ ਰਹੇ ਨੇ। ਹੁਣ ਸਾਡੇ ਵਾਰਡ ਦੇ ਦੇਖੋ, ਸਾਰੀਆਂ ਬੁੜੀਆਂ ਵਗੈਰਾ ਦੇ ਕੰਮ ਹੋ ਰਹੇ ਨੇ, ਵਧੀਆ ਹੈਗਾ, ਬਹੁਤ ਸੋਹਣੀ ਸੁਵਿਧਾ ਮਿਲੀ ਹੈ ਜੀ। ਸਰਕਾਰ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਹੇ ਨੇ, ਗਰੀਬ ਜਨਤਾ ਦਾ ਲਾਹੇਵਾਨ ਵਧੀਆ ਕੰਮ ਹੋ ਰਿਹਾ ਹੈ। 43 ਸਕੀਮਾਂ ਦੇਣੀਆਂ ਬਹੁਤ ਵਧੀਆ ਗੱਲ ਆ, ਜਿਹੜੀ ਆਮ ਜਨਤਾ ਖੱਜਲ ਖਵਾਰ ਹੁੰਦੀ ਸੀ, ਜਾਂ ਸੁਵਿਧਾ ਕੇਂਦਰਾਂ 'ਚ ਜਾਂਦੇ ਕਿਤੇ ਹੋਰ ਜਾਂਦੀ ਸੀ, ਲੋਕਾਂ ਨੂੰ ਤਾਂ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਲੱਗਦਾ ਜੇ ਫਾਰਮ ਬਣਨਗੇ ਕਿੱਥੋਂ ਕਿਹਦੇ ਕੋਲ ਜਾਣਾ। ਇੰਨੀ ਸਹੂਲਤ ਬਣੀ 5 ਮਿੰਟਾਂ ਦੇ ਵਿੱਚ, ਮੈਂ ਆਪ ਖੁਦ ਕੰਮ ਆਇਆ ਸੀ, 2 ਮਿੰਟਾਂ 'ਚ ਮੇਰਾ ਕੰਮ ਹੋ ਗਿਆ। ਬਾਕੀ ਸਾਰੀ ਜਨਤਾ ਖੁਸ਼ ਹੈਗੀ, ਸਾਡੇ ਵਾਰਡ ਦਾ ਜਾਂ 15 ਨੰਬਰ ਵਾਰਡ ਦੇ ਸੀ ਉਹ ਬਹੁਤ ਵਧੀਆ ਕੰਮ ਹੋ ਰਿਹਾ। ਅਤੇ ਇਹ ਸਹੂਲਤਾਂ ਜੇ ਸਰਕਾਰ ਸਾਡੀ ਕਰਦੀ ਰਹੇ ਤਾਂ ਬਹੁਤ ਵਧੀਆ। ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਬਹੁਤ ਸਹੂਲਤਾਂ ਦੇ ਰਹੀ ਆ, ਲੋਕਾਂ ਨੂੰ ਲਾਭਵੰਦ ਕੰਮ ਕਰ ਰਹੀ ਹੈ।